ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪ ਸਭ ਬਾਖੂਬੀ ਜਾਣਦੇ ਹੋ, ਜਿੱਥੇ ਗੁਰਬਾਣੀ ਦਾ, ਅੰਮ੍ਰਿਤ ਬਾਣੀ ਦਾ ਉਚਾਰਨ ਹੁੰਦਾ ਹੋਵੇ, ਦਿਨ ਰਾਤ ਜਿੱਥੇ ਗੁਰਬਾਣੀ ਦੇ ਅਲੌਕਿਕ ਬੋਲ ਉਚਾਰੇ ਜਾਂਦੇ ਹੋਣ, ਉੱਥੇ ਨੇੜੇ ਵਸਦੇ ਇਨਸਾਨ ਤਾਂ ਇਨਸਾਨ, ਪਸ਼ੂ ਅਤੇ ਪਕਸ਼ੀ ਵੀ ਨਿਹਾਲ ਹੋ ਜਾਂਦੇ ਨੇ। ਆਓ ਇੱਕ ਨਜ਼ਾਰਾ ਵਿਖਾਉਂਦੇ ਹਾਂ। ਗੁਰੂ ਘਰ ਦੇ ਬਾਹਰ ਪਹਿਲ ਪਾਈ ਇੱਕ ਮੋਰ ਨੱਚ ਰਿਹਾ ਹੈ, ਅਤੇ ਨਾਲ ਇੱਕ ਸਿੰਘ ਸਾਹਿਬ ਵੀ ਖੜ੍ਹੇ ਨੇ, ਜੋ ਇਸ ਸੁੰਦਰ ਨਜ਼ਾਰੇ ਨੂੰ ਮੋਰ ਦੇ ਬਿਲਕੁਲ ਨਾਲ ਖੜ੍ਹੇ ਹੋ ਕੇ ਮਾਣ ਰਹੇ ਨੇ। ਅਤੇ ਇਹ ਪ੍ਰਤੀਕ ਹੈ ਵਾਹਿਗੁਰੂ ਦੀ ਉਸ ਅਲੌਕਿਕ ਬਾਣੀ ਦੇ ਅਸਰ ਦਾ, ਕਿ ਜੇਕਰ ਬਾਣੀ ਦਿਨ ਰਾਤ ਕੰਨਾਂ ਦੇ ਵਿੱਚ ਪੈਂਦੀ ਰਹੇ ਤਾਂ ਸਾਡਾ ਦੁਨੀਆ ਵੇਖਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ। ਫਿਰ ਚਾਹੇ ਜਾਨਵਰ ਹੋਵੇ ਜਾਂ ਇਨਸਾਨ, ਉਹ ਪਰਮਾਤਮਾ ਦੇ ਰੰਗ ਵਿੱਚ ਆਪ ਰੰਗ ਜਾਂਦਾ ਹੈ। ਗੁਰੂ ਪਿਆਰਿਓ, ਅਜਿਹੇ ਨਜ਼ਾਰੇ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ। ਅਜੋਕੇ ਸਮੇਂ ਦੇ ਵਿੱਚ ਤਾਂ ਕਿਸੇ ਨੂੰ ਇੰਨਾ ਸਮਾਂ ਹੀ ਨਹੀਂ ਕਿ ਪਸ਼ੂ ਪਕਸ਼ੀਆਂ ਦੇ ਵੱਲ ਧਿਆਨ ਦਿੱਤਾ ਜਾਵੇ। ਹਰ ਕੋਈ ਇੱਕ ਦੂਜੇ ਨੂੰ ਪਿੱਛੇ ਛੱਡ ਕੇ ਆਪਣੇ ਆਪ ਨੂੰ ਅਗਾਂਹ ਤੋਰਨ ਦੀ ਹੋੜ ਵਿੱਚ ਲੱਗਾ ਹੋਇਆ ਹੈ। ਪਰ ਸਾਨੂੰ ਨਾ ਤਾਂ ਆਪਣਾ ਕਦੀ ਪਿਛੋਕੜ ਭੁੱਲਣਾ ਚਾਹੀਦਾ ਹੈ, ਨਾ ਕੁਦਰਤ ਨੂੰ। ਕਿਉਂਕਿ ਜੇਕਰ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਹੋਵਾਂਗੇ, ਆਪਣੇ ਪਿਛੋਕੜ ਤੋਂ ਜਾਣੂ ਹੋਵਾਂਗੇ, ਕੁਦਰਤ ਦੀ ਇੱਜ਼ਤ ਕਰਾਂਗੇ, ਪਸ਼ੂ ਪਕਸ਼ੀਆਂ ਨੂੰ ਸਾਂਭਣ ਦੀ ਕੋਸ਼ਿਸ਼ ਕਰਾਂਗੇ, ਤਾਂ ਹੀ ਇਹ ਪੂਰੀ ਦੀ ਪੂਰੀ ਸ੍ਰਿਸ਼ਟੀ ਹੱਸਦੀ ਖੇਡਦੀ ਅਤੇ ਖੁਸ਼ਹਾਲ ਨਜ਼ਰ ਆਵੇਗੀ। ਨਹੀਂ ਤਾਂ ਉਹ ਦਿਨ ਵੀ ਦੂਰ ਨਹੀਂ ਹੋਣਗੇ ਜਿੱਦਾਂ ਪੰਜਾਬ ਦੀਆਂ ਚਿੜੀਆਂ ਵਾਂਗ ਹੌਲੀ ਹੌਲੀ, ਜਿੱਦਾਂ ਪੰਜਾਬ ਦੀਆਂ ਪੂਰੀਆਂ ਚਿੜੀਆਂ ਵਾਂਗ ਹੌਲੀ ਹੌਲੀ ਬਾਕੀ ਵੀ ਪੰਛੀ ਅਲੋਪ ਹੋ ਜਾਣਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।